बठिंडा के माडल टाउन फेस नंबर 3 में सोने ते नकदी समेत तकरीबन 1 करोड़ रुपए की चोरी होने का मामला सामने आया है। जानकारी अनुसार माडल टाउन फेस नंबर 3 में रहिंदा एक परिवार पिछले कुछ दिनों तो बाहर गया होया सी ते उस कोठी में रह रहे किराएदार भी चले गए सन। बीती 13 ते 14 मई की रात को चोर आए जिन्होंने पहला सीसीटीवी कैमरे तोड़े जिस तों बाद सोना ते नकदी चोरी करके फरार हो गए। 16 मई की रात जदों किराएदार घर पहुंचे तो उन्होंने समान खिलरिया देख पुलिस को सूचित किया जिस तों बाद पुलिस ने मौके पर पहुँच के फिंगरप्रिंट लैण तों बाद जांच शुरू कर दी है। चोरी हुई ਕਿੰਨਾ ਕੁ ਲੱਗਦਾ ਤੁਹਾਨੂੰ ਮੇਰੇ ਹਿਸਾਬ ਨਾਲ ਇਹਨਾਂ ਦਾ ਗੋਲਡ ਵੀ ਗਿਆ ਕੈਸ਼ ਵੀ ਗਿਆ ਮੇਰੇ ਹਿਸਾਬ ਨਾਲ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਹੁਣ ਜਦੋਂ ਵੀ ਇਹ ਕੈਮਰੇ ਕਿੱਥੇ ਲੱਗੇ ਹੋਏ ਸੀ ਕੈਮਰੇ ਇਹਨਾਂ ਦੀ ਕੋਠੀ ਲੱਗੀ ਸੀ ਅੱਛਾ
ਅੱਜ ਹੁਣੇ ਦੱਸ ਰਿਹਾ ਨਾ ਅੱਜ ਹੀ ਆਏ ਨੇ ਠੀਕ ਹੈ ਜੀ ਵੀ 7 ਕੈਮਰੇ ਸੀਗੇ ਔਰ 1 6 ਕੈਮਰੇ ਤੋਂ ਘਰ ਦੇ ਵਿੱਚ ਸੀਗਾ ਕੋਈ ਕਿ ਨਹੀਂ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਸੀਗਾ ਕਿੱਥੇ ਗਏ ਸੀ ਕਾਰੀ ਪੁਲਿਸ ਅਫਸਰ ਕਰਨਗੇ ਕਿੱਥੇ ਗਏ ਸੀ ਘਰ ਵਾਲੇ ਘਰ ਵਾਲੇ ਬਾਹਰ ਰਹੇ ਨੇ ਬਾਹਰ ਗਏ ਨੇ ਸੀਗੇ ਆ ਪਰਮਜੀਤ ਨੂੰ ਪਤਾ ਇਸ ਕਰਕੇ ਅਸੀਂ ਰੋਜ਼ ਸੈਰ ਕਰਦੇ ਹਾਂ ਅਹੋਂ ਵੀ ਕੁੱਤੇ ਰੋਟੀਆਂ ਪਾ ਕੇ ਆਏ ਪਰ ਇਹ ਜਿਹੜਾ ਵਾਕਿਆ ਹੋਇਆ ਬੜਾ ਗਲਤ ਹੋਇਆ ਇਹ ਕੋਠੀ ਦੇ ਮਾਲਕ ਨੂੰ ਜਿਹੜੇ ਕਰੋੜਾਂ ਰੁਪਏ ਕੋਠੀ 'ਚ ਰਹਿ ਉਹਨੂੰ ਆਪਦਾ ਚੌਕੀਦਾਰ ਜਾਂ ਕਿਸੇ ਕੋਠੀ ਸੰਭਾਲ ਕੇ ਜਾਣੀ ਚਾਹੀਦੀ ਹੈ ਕੀ ਸੀਗਾ ਕਿੱਥੇ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਕਿਤੇ ਨੁਕਸਾਨ ਬਾਰੇ ਕੀ ਗੱਲ ਹੋਈ ਸਾਨੂੰ ਪਤਾ ਹੀ ਨਹੀਂ ਸਾਨੂੰ ਨਹੀਂ ਇਹ ਦੱਸਿਆ ਉਹ ਆਉਂਦੇ ਆ ਸਾਨੂੰ ਆ ਕੇ ਦੱਸਣਗੇ ਜੋ ਦੱਸਣਗੇ ਅਸੀਂ ਉਹ ਕਾਰਵਾਈ ਕਰ ਪਰਿਵਾਰ ਵਾਲੇ ਕਦੋਂ ਕਦੇ ਬਾਹਰ ਸੀਗੇ ਕਿੰਨੇ ਕਦਰ ਦੇ ਬਾਹਰ ਸੀਗੇ ਇਹ 2 ਮਹੀਨੇ ਹੋ ਗਏ ਲਗਭਗ ਅੱਛਾ ਇੱਥੇ ਅੱਛਾ ਇੰਨਾ ਵੀ ਆਪਣੇ ਮਗਰੋਂ ਪੈਸਾ ਇੱਥੇ ਸੀ ਇਕੱਲਾ ਹੀ ਪਿਆ ਸੀ ਇੱਥੇ ਕੋਈ ਨਹੀਂ ਸੀ ਰੱਖੀ ਇਹ ਤਾਂ ਇਹਨਾਂ ਨੇ ਕਹਿਣ ਮੁਤਾਬਕ ਜਦੋਂ ਫੋਨ ਤੇ ਇਹਨਾਂ ਨੇ ਦੱਸਿਆ ਵੀ ਸਾਡਾ ਇਕੱਲਾ ਹੀ ਪਿਆ ਸੀ ਪੈਸਾ ਤੁਹਾਨੂੰ ਸੂਚਨਾ ਕਿਹਨੇ ਦਿੱਤੀ ਜੀ ਸਾਨੂੰ ਇੱਥੋਂ ਮਿਲੀ ਸੀ ਇਹਨਾਂ ਦੇ ਜਿਹੜੇ ਕਿਰਾਏਦਾਰ ਆ ਉਹਨਾਂ ਨੇ ਦੱਸਿਆ ਵੀ ਤਾਂ ਸਮਾਨ ਖਿਲਰਿਆ ਪਿਆ ਉਹਨਾਂ ਨੇ ਆ ਕੇ ਚੈੱਕ ਵੀ ਕੀਤਾ ਚੈੱਕ ਕਰਕੇ ਸਾਨੂੰ ਫੋਨ 'ਤੇ ਦੱਸਿਆ ਆਹ ਗੱਲ ਹੈ ਜੀ ਆ ਸਾਡਾ ਆਹ ਸਮਾਨ ਗਾਇਆ ਵਾ ਅਤੇ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਕਿ ਕਲੀਅਰ ਨਹੀਂ ਸਾਨੂੰ ਕਿੰਨਾ ਕੀ ਆ ਕਿਰਾਏਦਾਰ ਆਏ ਰਹੇ ਸੀ ਫਿਰ ਵੀ ਚੋਰੀ ਹੋ ਗਈ ਕਿਰਾਏਦਾਰ ਸੀ ਅੱਛਾ 6 ਤਰੀਕ ਦੇ ਗਏ ਸੀ ਅੱਜ ਆਏ ਸੀ ਅੱਜ ਆ ਕੇ ਇਹਨਾਂ ਨੇ ਅੱਛਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਗਲੇਰੀ ਤੁਹਾਡਾ ਕੋਈ ਟੀਮ ਆ ਪਹੁੰਚੀ ਹੋਵੇ ਜਾਂ ਸੀਨੀਅਰ ਅਧਿਕਾਰੀ ਪਹੁੰਚੇ ਹੋਣ ਅਸੀਂ ਪੱਤਰ ਤੋਂ ਚੱਕਣ ਨੂੰ ਜਾ ਰਹੇ ਨਹੀਂ ਅਧਿਕਾਰੀ ਜਾਂਚ ਵਾਸਤੇ ਕੌਣ ਜਾਂਚ ਵਾਸਤੇ ਫਿੰਗਰ ਪ੍ਰਿੰਟ ਆਏ ਸੀ ਸਾਰੇ ਆਏ